ਦੋਸਤੋ ਅੱਜ ਅਸੀਂ ਗੱਲ ਕਰਾਂਗੇ ਆਈ ਟਵੀਚਿੰਗ ਵਾਸਤੇ, ਅੱਖ ਫੜਕਣ ਵਾਸਤੇ। ਕਈ ਲੋਕ ਕਹਿੰਦੇ ਹਨ ਡਾਕਟਰ ਸਾਹਿਬ ਤੁਹਾਡੀ ਅੱਖ ਬਹੁਤ ਫੜਕ ਰਹੀ ਹੈ, ਕਈ ਲੋਕ ਇਸਨੂੰ ਮਾੜਾ ਸਮਝਦੇ ਹਨ ਕਿ ਇਟ ਬ੍ਰਿੰਗਸ ਅ ਬੈਡ ਓਮਨ, ਇਹ ਕੋਈ ਮਾੜੀ ਗੱਲ ਹੈ, ਕੋਈ ਮਾੜਾ ਹੋਣ ਵਾਲਾ ਹੈ ਤਾਂ ਅੱਖ ਫੜਕਦੀ ਹੈ। ਇਹ ਇੱਕ ਬੜੀ ਕਾਮਨ ਕੰਡੀਸ਼ਨ ਹੈ, ਆਈ ਅੱਖ ਤਾਂ ਫੜਕਦੀ ਹੈ ਜੇ ਕੋਈ ਇਰੀਟੇਸ਼ਨ ਹੈ ਜਾਂ ਅੱਖ ਵਿੱਚ ਇਰੀਟੇਸ਼ਨ ਹੈ ਜਾਂ ਤੁਹਾਡੀ ਕੋਈ ਨਰਵ ਇਰੀਟੇਟਡ ਹੈ, ਉਹਦੇ ਕਰਕੇ ਅੱਖ ਫੜਕਦੀ ਹੈ। ਇਹਦੇ ਕਈ ਕਾਰਨ ਹੋ ਸਕਦੇ ਹਨ। ਸਭ ਤੋਂ ਕਾਮਨ ਕਾਰਨ ਹੈ ਸਟ੍ਰੈਸ। ਤੁਸੀਂ ਬਹੁਤ ਜ਼ਿਆਦਾ ਨਿਗਾਹ ਲਗਾਉਂਦੇ ਹੋ, ਅੱਜ ਕੱਲ੍ਹ ਹਰ ਬੰਦਾ ਮੋਬਾਈਲ 'ਤੇ, ਕੰਪਿਊਟਰ 'ਤੇ, ਟੀ ਵੀ 'ਤੇ ਕਿੰਨੇ ਕਿੰਨੇ ਘੰਟੇ ਲੱਗਿਆ ਰਹਿੰਦਾ ਹੈ, ਉਹਦੇ ਕਰਕੇ ਤੁਹਾਨੂੰ ਡਰਾਈਨੈਸ ਇੰਡਿਊਸ ਹੋ ਜਾਂਦੀ ਹੈ, ਤੁਸੀਂ ਲਗਾਤਾਰ ਕੋਲ ਦੇਖਦੇ ਰਹਿੰਦੇ ਹੋ। ਇਹਦੇ ਕਰਕੇ ਸਟ੍ਰੈਸ ਕਰਕੇ, ਡਰਾਈਨੈਸ ਕਰਕੇ, ਫਟੀਕ ਕਰਕੇ, ਲਗਾਤਾਰ ਨੇੜੇ ਦੇਖਣ ਕਰਕੇ ਆਈਜ਼ ਹੁੰਦੀਆਂ ਨੇ, ਮਸਲਸ ਨੇ ਇਰੀਟੇਟ ਹੋ ਜਾਂਦੇ ਹਨ, ਕਦੇ ਵਾਰੀ ਉਹਦੇ ਕਰਕੇ ਹੀ ਅੱਖ ਫੜਕਣੀ ਸ਼ੁਰੂ ਹੋ ਜਾਂਦੀ ਹੈ। ਲਗਾਤਾਰ ਨੇੜੇ ਦੇਖਣ ਨਾਲ, ਜੇ ਲਗਾਤਾਰ ਅਸੀਂ ਕੋਈ ਮੋਬਾਈਲ ਯੂਜ਼ ਕਰ ਰਹੇ ਹਾਂ, ਕੋਈ ਸਕਰੀਨ ਬਹੁਤ ਨੇੜੇ ਡਿਸਟੈਂਸ ਤੋਂ ਯੂਜ਼ ਕਰ ਰਹੇ ਹਾਂ, ਤਾਂ ਉਹਦੇ ਕਰਕੇ ਵੀ ਅੱਖਾਂ ਦੀ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਹੈ। ਇਹ ਗੱਲ ਸਮਝਣ ਦੀ ਲੋੜ ਹੈ ਕਿ ਕੋਈ ਵੀ ਸਕਰੀਨ ਨੇੜੇ ਅਤੇ ਦੂਰ ਹੋਣ 'ਚ ਬਹੁਤ ਫਰਕ ਪੈਂਦਾ ਹੈ। ਜਦੋਂ ਆਪਾਂ ਕੋਈ ਸਕਰੀਨ ਬਹੁਤ ਨੇੜਿਓਂ ਦੇਖਦੇ ਹਾਂ ਤਾਂ ਸਾਡੇ ਦੋ ਚੀਜ਼ਾਂ ਕੰਮ ਕਰਦੀਆਂ ਹਨ, ਇੱਕ ਤਾਂ ਸਾਡੀ ਅਕੋਮੋਡੇਸ਼ਨ ਕੰਮ ਕਰਦੀ ਹੈ, ਦੂਸਰਾ ਸਾਡੇ ਅੱਖ ਦੇ ਮਸਲਸ ਹੈਗੇ ਨੇ ਉਹਨੂੰ ਅੱਖ ਨੂੰ ਅੰਦਰ ਨੂੰ ਘੁਮਾ ਕੇ ਰੱਖਦੇ ਹਨ ਅਤੇ ਕੁਛ ਘੰਟਿਆਂ ਬਾਅਦ ਉਹ ਥੱਕ ਜਾਂਦੇ ਹਨ, ਉਹਦੇ ਕਰਕੇ ਵੀ ਆਈ ਸਟ੍ਰੇਨ ਬਹੁਤ ਜ਼ਿਆਦਾ ਹੋ ਜਾਂਦਾ ਹੈ। ਜੇ ਸਾਨੂੰ ਆਈ ਸਟ੍ਰੇਨ ਜ਼ਿਆਦਾ ਹੁੰਦਾ ਹੈ, ਤੁਹਾਡਾ ਸਕਰੀਨ ਟਾਈਮ ਜ਼ਿਆਦਾ ਹੈ, ਤਾਂ ਅੱਖ ਫੜਕਣ ਦਾ ਇਹ ਬਹੁਤ ਵੱਡਾ ਕਾਰਨ ਹੋ ਸਕਦਾ ਹੈ। ਉਹ ਲੋਕ ਜੋ ਇੱਕ ਬੈਲੈਂਸ ਡਾਇਟ ਨਹੀਂ ਲੈਂਦੇ, ਜਿਨ੍ਹਾਂ ਦੀ ਵਿਟਾਮਿਨ B12 ਵੀ ਡੈਫੀਸ਼ੈਂਸੀ ਹੈਗੀ ਹੈ, ਉਹਦੇ ਕਰਕੇ ਕਈ ਵਾਰੀ ਨਰਵ ਇਰੀਟੇਟ ਹੋ ਜਾਂਦੀਆਂ ਹਨ, ਉਹਦੇ ਕਰਕੇ ਕਈ ਵਾਰੀ ਸਪਾਜ਼ਮ ਹੋਣੇ ਸ਼ੁਰੂ ਹੋ ਜਾਂਦੇ ਹਨ। ਡਰਾਈਨੈਸ ਇੱਕ ਬਹੁਤ ਵੱਡਾ ਕਾਰਨ ਹੈ ਹੀ ਹੈ, ਤੁਹਾਨੂੰ ਮੈਂ ਤੁਹਾਨੂੰ ਦੱਸਿਆ ਹੈ। ਜਿਵੇਂ ਉਹ ਲੋਕ ਜਿਨ੍ਹਾਂ ਨੂੰ ਬਹੁਤ ਕਾਮਨ ਅਲਰਜੀਜ਼ ਰਹਿੰਦੀਆਂ ਹਨ, ਜਿਨ੍ਹਾਂ ਨੂੰ ਸੀਜ਼ਨਲ ਅਲਰਜੀ ਹੈ, ਜਿਨ੍ਹਾਂ ਨੂੰ ਜੋ ਕੰਟੈਕਟ ਲੈਂਸ ਲਗਾਉਂਦੇ ਹਨ ਉਹਦੇ ਕਰਕੇ ਡਰਾਈਨੈਸ ਹੈ, ਜਾਂ ਜਿਹੜੇ ਲੋਕ ਕੋਈ ਐਸੀ ਇਨਵਾਇਰਮੈਂਟਸ ਕੰਮ ਕਰਦੇ ਹਨ ਜਿੱਥੇ ਕੋਈ ਨਾ ਕੋਈ ਇਰੀਟੇਟ ਚੀਜ਼ ਉੱਡਦੀ ਹੈ, ਕੋਈ ਧੂੜ ਮਿੱਟੀ ਉੱਡਦੀ ਹੈ ਜਾਂ ਕੋਈ ਕੈਮੀਕਲ ਉੱਡਦਾ ਹੈ, ਉਹਦੇ ਕਰਕੇ ਵੀ ਟਵਿਚਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਮੋਟੇ ਮੋਟੇ ਕਾਰਨ ਤਾਂ ਹੀ ਹੁੰਦੀ ਹੈ ਕਿ ਜੇ ਤੁਹਾਡੀ ਅੱਖ ਵਿੱਚ ਕੋਈ ਇਰੀਟੇਟ ਕਰਨ ਵਾਲੀ ਚੀਜ਼ ਹੋਵੇ ਜਾਂ ਤੁਹਾਨੂੰ ਕੋਈ ਨਿਊਟ੍ਰੀਸ਼ਨਲ ਡੈਫੀਸ਼ੈਂਸੀ ਹੋਵੇ ਜਿਹਦੇ ਕਰਕੇ ਤੁਹਾਡੀ ਅੱਖ ਅਤੇ ਨਰਵਸ ਹਨ ਉਹ ਇਰੀਟੇਟ ਹੋ ਜਾਣ ਅਤੇ ਅੱਖ ਬਾਰ ਬਾਰ ਫੜਕੇ। ਹਮ ਇਸਦੀ ਟ੍ਰੀਟਮੈਂਟ ਬਾਰੇ ਗੱਲ ਕਰੀਏ। ਇਸਦੀ ਟ੍ਰੀਟਮੈਂਟ ਹੈ ਟ੍ਰੀਟਮੈਂਟ ਆਫ ਦਾ ਕੌਜ, ਜਿਸ ਚੀਜ਼ ਕਰਕੇ ਅੱਖ ਫੜਕ ਰਹੀ ਹੈ, ਜਿਸ ਕਰਕੇ ਤੁਹਾਨੂੰ ਪਤਾ ਲੱਗਦਾ ਹੈ ਕਿ ਇਹਦੇ ਕਰਕੇ ਹੋ ਸਕਦਾ ਹੈ ਅੱਖ ਫੜਕਦੀ ਹੋਵੇ, ਉਹਦਾ ਟ੍ਰੀਟਮੈਂਟ ਕਰਾਂਗੇ ਤਾਂ ਉਹ ਠੀਕ ਹੋ ਜਾਏਗੀ। ਜੇ ਤੁਹਾਡੀ ਅੱਖ ਨੂੰ ਅਲਰਜੀਜ਼ ਹੈ, ਬੇਸਿਕਲੀ ਅੱਖ 'ਚ ਪਾਣੀ ਆਉਂਦਾ ਹੈ, ਤਾਂ ਉਹਦੇ ਵਾਸਤੇ ਜੋ ਵੀ ਐਂਟੀ ਅਲਰਜਿਕ ਡ੍ਰੋਪਸ ਹੈਗੇ ਨੇ ਤੁਸੀਂ ਯੂਜ਼ ਕਰੋ। ਜੇ ਤੁਸੀਂ ਲਗਾਤਾਰ ਸਕਰੀਨ ਵਰਤਦੇ ਹੋ ਤਾਂ ਸਕਰੀਨ ਦਾ ਟਾਈਮ ਘਟਾਓ, ਤਾਂ ਤੁਸੀਂ 20-20-20 ਰੂਲ ਫੋਲੋ ਕਰੋ। ਜੇ ਤੁਹਾਡਾ ਸਕਰੀਨ ਟਾਈਮ ਜ਼ਿਆਦਾ ਹੈ, 20-20-20 ਰੂਲ ਦਾ ਮਤਲਬ ਹੈ ਕਿ ਹਰ 20 ਮਿੰਟਾਂ ਬਾਅਦ 20 ਸੈਕਿੰਡ ਵਾਸਤੇ 20 ਫੁੱਟ ਦੂਰ ਦੇਖੋ। ਜਦੋਂ ਵੀ ਆਪਾਂ ਕੋਈ ਚੀਜ਼ ਨਜ਼ਦੀਕ ਦੇਖਦੇ ਹਾਂ ਤਾਂ ਸਾਡੀ ਅੱਖਾਂ ਹਮੇਸ਼ਾ ਅੰਦਰ ਨੂੰ ਕਨਵਰਜ ਰਹਿੰਦੀਆਂ ਹਨ, ਅੰਦਰ ਨੂੰ ਮੁੜੀਆਂ ਰਹਿੰਦੀਆਂ ਹਨ, ਅਤੇ ਕੁਛ ਦੇਰ ਬਾਅਦ ਮਸਲਸ ਥੱਕ ਜਾਂਦੇ ਹਨ, ਉਹਨਾਂ ਨੂੰ ਰਿਲੈਕਸੇਸ਼ਨ ਦੇਣ ਵਾਸਤੇ ਸਾਨੂੰ ਦੂਰ ਦੇਖਣਾ ਜ਼ਰੂਰੀ ਹੈ। ਸੋ 20-20-20 ਰੂਲ ਫੋਲੋ ਕਰੋ, ਉਹਦੇ ਨਾਲ ਸਾਨੂੰ ਫਰਕ ਪਏਗਾ। ਜੇ ਸਾਨੂੰ ਡਰਾਈ ਆਈ ਦੀ ਪ੍ਰੋਬਲਮ ਹੈ, ਅੱਖ ਇਰੀਟੇਸ਼ਨ ਹੋ ਰਹੀ ਹੈ, ਤਾਂ ਲੁਬਰੀਕੇਟਿੰਗ ਡ੍ਰੋਪਸ ਯੂਜ਼ ਕਰੋ। ਜੇ ਕੋਈ ਵਿਟਾਮਿਨ ਦੀ ਡੈਫੀਸ਼ੈਂਸੀ ਹੈ, B12 ਡੈਫੀਸ਼ੈਂਸੀ ਹੈ, ਤਾਂ ਤੁਸੀਂ B12 ਦੀ ਸਪਲੀਮੈਂਟਸ ਲਓ, ਉਹਦੇ ਨਾਲ ਤੁਹਾਡੀ ਅੱਖ ਠੀਕ ਹੋ ਜਾਏਗੀ।